ਤੁਸੀਂ ਦੇਖ ਰਹੇ ਹੋ ਦਾਨ ਮਿਊਟ ਮੈਂ ਹਾਂ ਰਾਜਵਿੰਦਰ ਕੌਰ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਖਾਸ ਖਬਰਾਂ ਦੇ ਨਾਲ ਸੂਬੇ ਨੂੰ ਕੋਰੋਨਾ ਮੁਕਤ ਕਰਨ ਵਾਲੀਆਂ ਨਰਸਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਤੋਹਫਾ ਪੇ ਗ੍ਰੇਡ ਘਟਾ ਕੇ ਕੀਤਾ 3200 ਪੜ ਕੇ ਨਰਸਾਂ ਨੇ ਕੱਢੀ ਸਰਕਾਰ ਦੇ ਖਿਲਾਫ ਭੜਾਸ ਪੰਜਾਬ ਪੁਲਿਸ ਨੇ ਫਿਰ ਕੀਤਾ ਤਸ਼ੱਦਦ ਠੇਕਾ ਮੁਲਾਜ਼ਮਾਂ ਨਾਲ ਕੀਤੀ ਗਈ ਧੱਕਾ ਮੁੱਕੀ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਸਰਕਾਰ ਖਿਲਾਫ ਕਰ ਰਹੇ ਨੇ ਪ੍ਰਦਰਸ਼ਨ ਪੰਜਾਬ ਸਰਕਾਰ ਦੁਆਰਾ ਮੰਗਾਂ ਮਨਵਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਵਿਧਾਨ ਸਭਾ ਚੋਣਾਂ ਉਪਰੰਤ ਪੁਲਿਸ ਨੇ ਖਿੱਚੀ ਤਿਆਰੀ 5000 ਤੋਂ ਵੱਧ ਹਥਿਆਰ ਕੀਤੇ ਜ਼ਬਤ ਤੇ ਮੈਂ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਆਫਰ ਤਾਂ ਮੈਨੂੰ ਰਾਸ਼ਟਰਪਤੀ ਦੀ ਵੀ ਆਈ ਆ ਕੀ ਹੁਣ ਮੈਂ ਰਾਸ਼ਟਰਪਤੀ ਬਣ ਜਾਵਾਂ ਬਲਬੀਰ ਸਿੰਘ ਰਾਜੇਵਾਲ ਨੇ ਕਹੀ ਇਹ ਗੱਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ 6ਵੇਂ ਕਮਿਸ਼ਨ ਨੂੰ ਲੈ ਕੇ ਸਟਾਫ ਨਰਸਾਂ ਦਾ ਪੇ ਗ੍ਰੇਡ 4600 ਤੋਂ ਘਟਾ ਕੇ 3200 ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਟਾਫ ਨਰਸਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਗੁੱਸੇ ਦੀ ਭਾਵਨਾ ਪੈਦਾ ਹੋ ਗਈ ਹੈ ਜਿਸ ਦੇ ਚੱਲਦਿਆਂ ਅੱਜ ਰੂਪਨਗਰ ਵਿੱਚ ਨਰਸਾਂ ਦੁਆਰਾ ਸੂਬਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਜੀਤ ਕੌਰ ਹੈ ਤੇ ਮੈਂ ਐਜ਼ ਅ ਸਟਾਫ ਨਰਸ ਸਿਵਲ ਹਸਪੀਟਲ ਰੋਪੜ ਵਿੱਚ ਇੱਥੇ ਜੌਬ ਕਰ ਰਹੀ ਹਾਂ ਤੇ ਅਸੀਂ 6 ਦਸੰਬਰ ਤੋਂ ਜਿਹੜੀ ਹੈ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਸਟ੍ਰਾਈਕ ਕੀਤੀ ਹੋਈ ਹੈ ਸੰਪੂਰਨ ਤੌਰ ਤੇ ਕੰਮ ਛੋੜ ਹੜਤਾਲ ਸਾਡੀ ਜਿਹੜੀ ਚੱਲ ਰਹੀ ਹੈ ਤੇ ਇਹਦੇ ਰਿਗਾਰਡਿੰਗ 14 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਉਪ ਮੁੱਖ ਮੰਤਰੀ ਸਾਹਿਬਾਨ ਨਾਲ ਤੇ ਉਹ ਜਿਹੜੀ ਮੀਟਿੰਗ ਸੀ ਬਿਲਕੁਲ ਬੇਸਿੱਟਾ ਨਿਕਲੀ ਉਹਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ ਸਾਡੀਆਂ ਮੰਗਾਂ ਉਹਨਾਂ ਨੇ ਚੰਗੀ ਤਰ੍ਹਾਂ ਸੁਣੀਆਂ ਵੀ ਨਹੀਂ ਅਸੀਂ ਵਿੱਤ ਮੰਤਰੀ ਦੇ ਅਰਥੀ ਫੂਕ ਮੁਜ਼ਾਰੇ ਵੀ ਕੀਤੇ ਨੇ ਤੇ ਰੈਲੀਆਂ ਵੀ ਕੀਤੀਆਂ ਨੇ ਅੱਜ ਅਸੀਂ ਬੇਲਾ ਰੋਡ ਦੇ ਵਿੱਚ ਜਾ ਕੇ ਉੱਥੇ ਚੌਂਕ ਜਾਮ ਕੀਤਾ ਉੱਥੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ ਤੇ ਅੱਜ ਵੀ ਕੋਈ ਸਿੱਟਾ ਨਹੀਂ ਨਿਕਲਿਆ ਤੇ ਸਾਡੀ ਜਿਹੜੀ ਸਟ੍ਰਾਈਕ ਹੈ ਇਹ ਹੁਣ ਆਉਣ ਵਾਲੇ ਸਮੇਂ ਵਿੱਚ ਵੀ ਕੰਟੀਨਿਊ ਰਹੇਗੀ ਬਠਿੰਡਾ ਦੇ ਵਿੱਚ ਇੱਕ ਕੋਠੀ ਦਾ ਉਦਘਾਟਨ ਕਰਨ ਪਹੁੰਚੇ ਸਨ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਸ ਦੀ ਭਿਣਕ ਜਦੋਂ ਠੇਕਾ ਮੁਲਾਜ਼ਮਾਂ ਨੂੰ ਪਈ ਤਾਂ ਉਹਨਾਂ ਨੇ ਖਜ਼ਾਨਾ ਮੰਤਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮੁਰਦਾਬਾਦ ਦੇ ਨਾਅਰੇ ਲਾਏ ਉਸ ਤੋਂ ਬਾਅਦ ਪੁਲਿਸ ਨੇ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਕੀ ਕੀਤੀ ਤੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਖਜ਼ਾਨਾ ਮੰਤਰੀ ਨੇ ਉਸ ਕੋਠੀ ਦਾ ਉਦਘਾਟਨ ਕੀਤਾ ਪੂਰਾ ਮਾਮਲਾ ਤੁਹਾਨੂੰ ਵੀ ਦਿਖਾਉਂਦੇ ਹਾਂ ਮੈਂ ਨਾ ਗੁਰਵਿੰਦਰ ਸਿੰਘ ਆ ਜੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਹੋਇਆ ਜਿੱਥੇ ਵੀ ਇਹ ਜਾਂਦੇ ਆ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਵਰਕਰਾਂ ਸਮੇਤ ਉੱਥੇ ਪਹੁੰਚਦੇ ਹਾਂ ਸਰਕਾਰ ਤੋਂ ਸਵਾਲ ਕਰਨ ਆਉਂਦੇ ਵੀ ਸਰਕਾਰ ਨੇ ਇੱਕ ਵਾਅਦਾ ਕਰਿਆ ਸੀ ਠੇਕਾ ਮੁਲਾਜ਼ਮਾਂ ਨਾਲ ਵੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਪਰ ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਸਰਕਾਰ ਫਲੈਕਸਾਂ ਲਾ ਰਹੀ ਆ ਪਰ ਜਿਹੜੇ ਕੱਚੇ ਮੁਲਾਜ਼ਮ ਆ ਉਹ ਕੱਚੇ 8-8 ਹਜ਼ਾਰ ਤੇ ਗੁਜ਼ਾਰਾ ਕਰਨ ਲਈ ਮਜਬੂਰ ਆ ਅਸੀਂ ਸਰਕਾਰ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਵੀ ਇਹ ਸਰਕਾਰ ਸੁਣ ਲੈ ਕੰਨ ਖੋਲ ਕੇ ਵੀ ਜਿਹੜੇ ਕੱਚੇ ਮੁਲਾਜ਼ਮ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਇਤੂ ਗਾਂਹ ਲੈ ਕੇ ਜਾਣਗੇ ਇਹਨਾਂ ਦੇ ਮੈਨੀਫੈਸਟੋ ਇਹਨਾਂ ਦੇ ਵੀਡੀਓ ਸਾਡੇ ਕੋਲ ਪਈਆਂ ਜਿਨ੍ਹਾਂ 'ਚ ਇਹਨਾਂ ਨੇ ਕਿਹਾ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਕੇ ਠੇਕੇਦਾਰੀ ਦਾ ਕੋਹੜ ਆ ਉਹ ਵੱਢਾਂਗੇ ਇਹ ਇਕੱਲੀ ਲੜਾਈ ਪੱਕੇ ਹੋਣ ਦੀ ਨਹੀਂ ਹੈਗੀ ਇਹ ਲੜਾਈ ਹੈਗੀ ਜਿਹੜੇ ਸਰਕਾਰੀ ਅਦਾਰੇ ਉਹ ਚਾਲੂ ਹੋਣ ਜਿਨ 'ਚ ਪੱਕਾ ਰੁਜ਼ਗਾਰ ਮਿਲੇ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਆ ਉਹਨਾਂ ਦੇ ਤਨਖਾਹ ਵੱਧਦੇ ਹੋਣ ਪੱਕੇ ਹੋਣ ਇਹ ਲੜਾਈ ਇਸੇ ਤਰ੍ਹਾਂ ਜਾਰੀ ਰਹੂਗੀ ਪੰਜਾਬ ਦਾ ਹਰ ਮੁਲਾਜ਼ਮ ਚਾਹੇ ਉਹ ਠੇਕੇ ਵਾਲੇ ਆ ਚਾਹੇ ਵੱਖ ਵੱਖ ਵਿਭਾਗ ਆ ਜਿਨ੍ਹਾਂ 'ਚ ਵੀ ਠੇਕਾ ਭਰਤੀ ਹੋਈ ਵੀ ਆ ਉਹ ਇਸੇ ਤਰ੍ਹਾਂ ਸੜਕਾਂ 'ਤੇ ਸੰਘਰਸ਼ ਕਰਨ ਮਜਬੂਰ ਆ ਚਾਹੇ ਉਹ ਪੱਕੇ ਮੁਲਾਜ਼ਮ ਹੋਣ ਚਾਹੇ ਕੱਚੇ ਹੋਣ ਸਰਕਾਰ ਗੱਲ ਸੁਣਨ ਦੀ ਮਜਾਏ ਸਰਕਾਰ ਲੋਕਾਂ ਦਾ ਮਜ਼ਾਕ ਬਣਾ ਰਹੀ ਆ ਲੋਕਾਂ ਨੂੰ ਇਸ ਤਰ੍ਹਾਂ ਸ਼ੋਅ ਕਰ ਰਹੀ ਵੀ 80% ਵਾਅਦੇ ਪੂਰੇ ਕਰਤੇ ਪਰ ਸਰਕਾਰ ਨੂੰ ਪੁੱਛਣ ਆਏ ਆ ਕਿਹੜਾ ਵਾਅਦਾ ਤੁਸੀਂ ਪੂਰਾ ਕਰਤਾ ਥਰਮਲ ਚਲਾਤਾ ਇੱਥੋਂ ਦਾ ਬਠਿੰਡੇ ਵਾਲਾ ਜਿਹੜੇ ਕੱਚੇ ਮੁਲਾਜ਼ਮ ਸੀ ਉਹ ਪੱਕੇ ਕਰਤੇ ਕੋਈ ਮੰਗ ਕਿਸੇ ਦੀ ਕੋਈ ਪ੍ਰਵਾਨ ਨਹੀਂ ਹੋਈ ਲੋਕਾਂ ਨੇ ਸਰਕਾਰ ਨੇ ਕਟੌਤੀਆਂ ਦੇ ਧਿਆਨ ਦਿੱਤਾ ਹੋਇਆ ਤੇ ਜਿਹੜੇ ਲੋਕਾਂ ਦੀਆਂ ਮੰਗਾਂ ਮਸਲੇ ਆ ਉਹ ਉਸੇ ਤਰ੍ਹਾਂ ਹੀ ਆ ਜਿੱਥੇ ਸਰਕਾਰ ਦੇ ਖਿਲਾਫ ਵੱਖ ਵੱਖ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਸੰਘਰਸ਼ ਕਰ ਰਹੇ ਨੇ ਉੱਥੇ ਹੀ ਅੰਮ੍ਰਿਤਸਰ ਵਿੱਚ ਸਿਹਤ ਭੰਗ ਨਾਲ ਜੁੜੇ ਹੋਏ ਕਰਮਚਾਰੀਆਂ ਨੇ ਉਹਨਾਂ ਦੇ ਭੱਤਿਆਂ ਵਿੱਚ ਕਟੌਤੀ ਕਰਨ ਦੇ ਮਾਮਲੇ ਨੂੰ ਲੈ ਕੇ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਤੇ ਨਾਅਰੇਬਾਜ਼ੀ ਵੀ ਕੀਤੀ ਮੈਂ ਸ਼ਮਸ਼ੇਰ ਸਿੰਘ ਕੋਰੀ ਹੈਲਥ ਇੰਪਲਾਈ ਐਸੋਸੀਏਸ਼ਨ ਜਿਹੜੀ ਸਾਡੀ ਸਾਰਿਆਂ ਦੀ ਸਾਂਝੀ ਜਥੇਬੰਦੀ ਹੈ ਉਹਦਾ ਇੱਕ ਵਰਕਰ ਹੈ ਅੱਜ ਸਾਡੇ ਸਿਹਤ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੁੱਚੇ ਮੁਲਾਜ਼ਮ ਜਿਹੜੇ ਆ ਜਿਨ੍ਹਾਂ ਵਿੱਚ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਸੈਂਟਰੀ ਇੰਸਪੈਕਟਰਸ ਐਲ ਐਚ ਵੀਜ਼ ਏ ਐਨ ਐਮ ਮਲਟੀਪਲ ਹੈਲਥ ਵਰਕਰ ਫਾਰਮੇਸੀ ਆਫਿਸਰ ਰੇਡੀਓਗ੍ਰਾਫਰ ਏ ਐਮ ਓ ਇਸੇ ਤਰ੍ਹਾਂ ਮਾਸ ਮੀਡੀਆ ਵਿਭਾਗ ਦਰਜਾ 4 ਇਹ ਸਮੁੱਚੇ ਮੁਲਾਜ਼ਮ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਦੇ ਨਾਲ ਨਾਲ ਕੁਝ ਮੁਲਾਜ਼ਮਾਂ ਦੇ ਭੱਤਿਆਂ ਵਿੱਚ ਕਟੌਤੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਖਾਸ ਕਰਕੇ ਐਮਰਜੈਂਸੀ ਅਲਾਉਂਸ 5% ਜਿਹੜਾ ਮਿਲਦਾ ਸੀ ਉਹਨੂੰ ਕੱਟ ਦਿੱਤਾ ਗਿਆ ਔਰ ਐਫ ਟੀ ਏ ਜਿਹੜਾ ਕੁੜੀਆਂ ਨੂੰ ਟੂਰ ਦਾ ਮਿਲਦਾ ਸੀ ਵਰਦੀ ਭੱਤਾ ਜਿਹੜਾ ਮਿਲਦਾ ਸੀ ਇਸ ਤਰ੍ਹਾਂ ਦੇ ਜਿਹੜੇ ਕੱਟ ਦਿੱਤੇ ਗਏ ਹੋਰ ਬੜੇ ਅਲਾਉਂਸ ਨੇ 32 ਅਲਾਉਂਸ ਨੇ ਜਿਨ੍ਹਾਂ 'ਚ ਵਾਸ਼ਿੰਗ ਅਲਾਉਂਸ ਆ ਸਾਈਕਲ ਅਲਾਉਂਸ ਆ ਬਸਤਾ ਅਲਾਉਂਸ ਆ ਉਹਨਾਂ ਨੂੰ ਹੈਂਡੀਕੈਪ ਅਲਾਉਂਸ ਵੇਖੋ ਸਭ ਤੋਂ ਸਿੱਤਮ ਜ਼ਰੀਫੀ ਦੀ ਗੱਲ ਕਿੱਡਾ ਜ਼ੁਲਮ ਆ
हैंडीकैप मुलाजम को हैंडीकैप अलाउंस बड़े समय तो मिल रहा है, उन्होंने भी अजे नवे दर उत्ते नवे तरीके प्रवान नहीं किया गया, तो अज की तरीक हैंडीकैप अलाउंस भी बंद है, एदू वी धक्केशे की हो सकती है। सो इन सारे भत्तिया की कटौती के विरोध में अज समुचे जिला श्री अमृतसर साहब के जोड़े सेहत मुलाजम है, असी हैल्थ एम्पलाई एसोसीएशन के बैनर थले समुचिया जथेबंदियां एक नहीं सारिया जथेबंदियां इकट्ठे होकर इतने विखावा कर रहे हैं, मुजाहरा कर रहे हैं और सरकार के इस फैसले का विरोध करने लिए अज असी पंजाब सरकार का पुतला जोड़ा वो इतने साड़ रहे हैं और खासकर मनप्रीत बादल वित्त मंत्री जोड़ा पंजाब सरकार का जोड़ा बड़िया गलत नीतियां बना के मुख्यमंत्री चन्नी को गुमराह कर रहा, इन्हें पहला अकाली गौरमेंट में भी गुमराह किया, उतों निकलिया अज कांग्रेस सरकार को गुमराह करके तो लोगों का नुकसान कर रहा, मुलाजमान का नुकसान कर रहा। सो पुतला साड़न वास्ते अज असी इतने भड़ारी पुल तक आए हैं और इस तो अगे जोड़ा संघर्ष है फिर मीटिंग करा इन होर तिखा करके सरकार के खिलाफ जोड़ा रोह और प्रचंड किया जाएगा। लेकिन जी चोन जाबते तक तो इदा लड़ा, चोन जाबते बाद भी एक लड़ाई होंगी है, ऐसी गल नहीं, एक ऑर्गेनाइज फोर्स के तौर पर असं चोणों में सत्ताधारी धिर का विरोध करा ऑर्गेनाइज फोर्स के तौर पर पुतला पंजाब सरकार का, पर मनप्रीत बादल की फोटो एक प्रतीक के तौर पर लाई है क्योंकि मनप्रीत बादल जोड़ा वो इन सारिया नीतियां लिए जिम्मेवार है, वो एक अधिकारी के तौर पर बिहेव कर रहा, इस करके मनप्रीत बादल जोड़ा वनू असी स्पैशली इस काम जिम्मेवार समझते हैं, वह ना जोड़ा वो फोटो ला के पुतला पंजाब सरकार का, मनप्रीत बादल ही प्रतीक है सरकार का क्योंकि उही मुख्यमंत्री चन्नी को गुमराह करके गलत पॉलिसियां बना रहा। पंजाब दे विच 2022 दीआं चोणां नूं लै के जिथे वख-वख सियासी पार्टियां द्वारा रैलियां कीतियां जा रही ने उत्थे ही हुण पंजाब पुलिस भी चौकस हुंदी नजर आ रही है, जिस दे चलदे अमृतसर विच पुलिस वल्लों हथियार जमा करवाउण दी कारवाई शुरू कर दित्ती गई है ते पंजाब पुलिस ने अज 5000 हथियार जब्त भी कीते। जिहड़ा इलैक्शन कमिशन दी मानयोग इलैक्शन कमिशन आफ इंडिया मानयोग चीफ इलैक्टोरल अफसर पंजाब दी हिदायतां दे अनुसार साढ़े डीम साहब की हिदायतों सरकार की हिदायतों मुताबक एक स्पैशल मुहिम असं चला रहे हैं, जिस असी वो तो वैपन जोड़े लोगों को जो असला लसेंसी ने असं वैपन लिया के जमा कराने बिकॉज दीज आर दी इंस्ट्रक्शन ऑफ दी ऑनरेबल ECI ऑफ इंडिया कि तुसी लोगों को हथियार लिया के जमा कराओ ताकि इन हथियारों का चोणों दौरान गलत इस्तेमाल ना हो सके, ये जो साडे POs ने उन्होंने फड़न की भी साड़ी स्पैशल ड्राइव चल रही है, जेडे नॉन विजिबल वारंट रहे असी उन्होंने भी तमील करा रहे हैं। तो आई जस्ट वॉन्ट टू टैल यू कि पिछले तकरीबन 10-12 दिन के असी हूँ तक 5177 वैपन जोड़े आ अमृतसर रूरल डिस्ट्रिक्ट असी लोगों को जमा करवा रहे हैं, असी हूँ तक करवा ले और साड़ी ड्राइव बदस्तूर चल रही है, इस ड्राइव असी होर डेली रोजाना साढ़े 500 to 1000 वैपन का वाधा हो रहा सारे थाने दे विच और ये सब तो वधिया गल आ कि 12 POs जिहड़े बहुत बहुत सालों के POs बने सके और भगौड़े सके इश्तिहारी मुजरम जिन्हों आप कह दें प्रो क्लेम डिफेंडर असी वो गिरफ्तार किए हैं और जोड़े साढ़े SP ने वारंट जोड़े सके साढ़े वो असी 15 वारंट जोड़े है असी वो तबील किए हैं और पिछले 1 महीने दौरान असी 93 व्यक्तियों को असी गिरफ्तार किया एंटी सोशल एलीमेंट्स न जिन्हों को असी 9 किलो भुक्की तकरीबन 1 किलोग्राम अफीम 762 ग्राम हीरोइन 3364 असी नशीली गोलियां शराब वगैरह असी बरामद की है। शराब तुम्हें पता कि असी अजनला सैक्टर 3.5 किलो जी हीरोइन सी जी अक्रॉस ही बॉर्डर आई सी ड्रोन के राही असी वो भी बरामद की थी असी ठीक है। सो इस अमृतसर पुलिस जरा एफर्ट्स ने वह बदसू जारी ने असी ये चाहते हैं जिहड़े क्रिमिनल एलीमेंट्स ने उन्होंने नत्थ पाई जाए उन्होंने खिलाफ ढुकवी कार्रवाई करके उन्होंने गिरफ्तार करके जेल भेजा जाए ता जो इलैक्शन का जो काम हैगा वो पुरअमन तरीके निकल सके और इस वैसे भी रूटीन जी लोगों की आम लोगों की जी जिंदगी है वो शांति गुजर बसर कर सके। साडा क्राइम ग्राफ भी पिछले साल नालों डाउन आ रहा है, वी आर मेकिंग एफर्ट्स। तो ये जिहड़े भी अफसर ने जिहड़े SHOs ने अच्छा काम किया जिमें साडे इहदे पिछले 2 महीनों तकरीबन 4 ब्लाइंड मर्डर असी 4 ब्लाइंड मर्डर 24 घंटे लैके 72 घंटे असी टेस्ट किए सारे दोषी असी फड़े। सो उन्होंने जिहड़े भी मुलाजमान जिहड़े SHOs ने जिन्होंने अच्छा काम किया असी उन्होंने इनाम दे रहे हैं, उन्होंने इनाम रिकमेंड करके भेज रहे हैं कहने वास्ते और आई अश्योर यू कि साड़ी ड्राइव जी है जब तक मैं इस डिस्ट्रिक्ट रहा वो बदस्तूर जारी रहेगी
असी किसी भी माड़े अंसर नूं इह मौका नहीं देंगे कि वह खुलेआम घूम सके जां क्राइम कर सके जां कोई अपना गलत काम है वह कर सके। बलवीर सिंह राजेवाल ने दिल्ली किसान मोर्चा फतेह होने तो बाद आज एक रिव्यू मीटिंग की गई जिस विच पत्रकारां ने उन्हां नूं सवाल सीएम दे चेहरे नूं लैके पुछया तां बलवीर सिंह राजेवाल दा जवाब सी कि मैं कोई सीएम दा चेहरा नहीं, ऑफर तां मैनूं राष्ट्रपति दी वी आई है कि हुण मैं राष्ट्रपति बन जावां। इस तों इलावा बलवीर सिंह राजेवाल ने होर कोई भी जवाब नहीं दिता। अज मीटिंग साड़ी मोर्चा किस तरह की साड़ी भूमिका रही, किवें उन्हें चलाया, ये ते रिव्यू करने वास्ते सी अगे नूं जिहड़ियां बाकी रह गईयां मंगां उन्हां वास्ते इस केम दे विच की रखना है, ये ते साड़ी मीटिंग सी। और इतों बाद अज कुछ नहीं है प्रेस वास्ते। बहुत क्यास रही है कि पंजाब दी सियासत बड़ी ए ए तुसी तुसी करी जो क्यास रही है। सर सीएम चेहरा बनना चाहते जी? मैं नहीं बन रहा। ऐसे नाल ही खबरां दा ये बुलेटिन खत्म हुंदा है। कल फिर हाजिर होवांगे नवीं ते ताज़ा खबरां लैके। तद तक लई तुसीं जुड़े रहो दा अनम्यूट नाल।